ਨਮਸਕਾਰ ਦੋਸਤੋ, ਅੱਜ ਅਸੀਂ ਪਹੁੰਚੇ ਹਾਂ ਦੀ ਸੈਂਟ ਸੋਜ਼ਲ ਟਾਈਮਸ ਦੀ ਟੀਮ ਗਲੋਬਲ ਹੋਸਪਿਟਲ। ਸਾਡੇ ਨਾਲ ਨੇ ਡਾਕਟਰ ਲੋਕੇਸ਼ ਮਿੱਤਲ ਜੀ, ਅਸੀਂ ਉਹਨਾਂ ਦੇ ਨਾਲ ਕਰਾਂਗੇ ਗੱਲਬਾਤ। ਸਤਿ ਸ਼੍ਰੀ ਅਕਾਲ ਜੀ, ਸੈਂਟ ਸੋਜ਼ਲ ਟਾਈਮਸ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ, ਮੈਂ ਡਾਕਟਰ ਲੋਕੇਸ਼ ਮਿੱਤਲ, MS ਔਰਥੋ। ਮੈਂ DMC ਲੁਧਿਆਣਾ ਤੋਂ ਆਪਣੀ ਡਿਗਰੀ ਪਾਸ ਕੀਤੀ MS ਔਰਥੋ ਦੀ, ਅਤੇ ਹੁਣ ਲਾਸਟ 4 ਸਾਲਾਂ ਤੋਂ ਮੈਂ ਇੱਥੇ ਜਲੰਧਰ ਵਿੱਚ ਗਲੋਬਲ ਹੋਸਪਿਟਲ ਵਿੱਚ ਕੰਮ ਕਰ ਰਿਹਾ ਹਾਂ। ਐਜ਼ ਏ ਔਰਥੋਪੀਡੀਸ਼ਨ, ਅਸੀਂ ਇੱਥੇ ਹਰੇਕ ਫੈਸਿਲਿਟੀਜ਼ ਲਾਈਕ ਨੀ ਰਿਪਲੇਸਮੈਂਟ, ਹਿਪ ਰਿਪਲੇਸਮੈਂਟ, ਸ਼ੋਲਡਰ ਰਿਪਲੇਸਮੈਂਟ, ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੰਪਲੀਕੇਟਡ ਟਰੋਮਾ ਹੋਵੇ, ਕੋਈ ਵੀ ਸਪਾਈਨ ਸਰਜਰੀ ਜ਼ੋਨ, ਕੋਈ ਵੀ ਲਿਗਾਮੈਂਟ ਇੰਜਰੀਜ਼ ਹੋਵੇ, ਅਸੀਂ ਹਰ ਤਰ੍ਹਾਂ ਦੀ ਸਰਜਰੀ ਇੱਥੇ ਕਰ ਰਹੇ ਹਾਂ। ਅਤੇ ਲਾਸਟ 4 ਸਾਲਾਂ ਵਿੱਚ ਤਾਂ ਸਾਨੂੰ ਕਾਫੀ ਜ਼ਿਆਦਾ ਰਿਜ਼ਲਟ ਵੀ ਸਾਨੂੰ ਕਾਫੀ ਅੱਛਾ ਮਿਲ ਰਿਹਾ ਲੋਕਾਂ ਤੋਂ। ਡਾਕਟਰ ਸਾਹਿਬ, ਮੈਂ ਤੁਹਾਡੇ ਤੋਂ ਗੱਲ ਕਰਾਂਗੀ। ਜਿਸ ਤਰ੍ਹਾਂ ਸਾਡੀ ਕਬੱਡੀ ਦੇ ਪਲੇਅਰਸ ਹੁੰਦੇ ਨੇ, ਉਹਨਾਂ ਦੀ ਕੋਈ ਨਾ ਕੋਈ ਇੰਜਰੀ ਹੋ ਜਾਂਦੀ, ਬਿਕੋਜ਼ ਕਬੱਡੀ ਦੇ ਵਿੱਚ ਸੱਟ ਪੇਟ ਲੱਗ ਜਾਂਦੀ ਹੈ, ਅਤੇ ਜਦੋਂ ਇੰਜਰੀ ਹੋ ਜਾਂਦੀ ਹੈ ਤਾਂ ਕਿੰਨੇ ਟਾਈਮ 'ਚ ਰਿਕਵਰ ਕਰਦਾ, ਅਤੇ ਤੁਸੀਂ ਉਹਦਾ ਕੀ ਟ੍ਰੀਟਮੈਂਟ ਦਿੰਦੇ ਹੋ? ਮੈਮ, ਜਿਹੜੀ ਕਬੱਡੀ ਹੈਗੀ ਨਾ, ਇਹ ਬਹੁਤ ਜ਼ਿਆਦਾ ਹਾਈ એનર્ਜੀ ਗੇਮ ਹੈਗੀ ਹੈ। ਇਹਦੇ ਵਿੱਚ ਕਾਫੀ ਤਰ੍ਹਾਂ ਦੀ ਇੰਜਰੀਜ਼ ਹੁੰਦੀਆਂ ਹੈਗੀਆਂ। ਇੰਜਰੀਜ਼ ਕੈਨ ਬੀ ਲਾਈਕ ਲਿਗਾਮੈਂਟ ਇੰਜਰੀਜ਼। ਲਿਗਾਮੈਂਟ ਦੇ ਵਿੱਚ ਮੋਸਟਲੀ ਜਿਹੜੇ ਸਾਡੇ ਕੋਲ ਕੇਸਿਸ ਆਉਂਦੇ ਹਨ, ਉਹ ACL ਲਿਗਾਮੈਂਟ ਦੇ ਨਾਲ ਐਸੋਸੀਏਟਡ ਹੁੰਦੇ ਹੈਗੇ। ਉਹ ਕੀ ਹੁੰਦਾ, ਗੋਡੇ ਵਿੱਚ ਇੱਕ ਲਿਗਾਮੈਂਟ ਹੁੰਦਾ ਜਿਹੜਾ ਕਿ ਟੁੱਟਣ ਕਰਕੇ ਗੋਡਾ ਆਪਣੀ ਜਗ੍ਹਾ ਤੋਂ ਲਚਕ ਖਾਣਾ ਸਟਾਰਟ ਕਰ ਜਾਂਦਾ। ਤਾਂ ਸਾਡੇ ਕੋਲ ਕੀ ਫੈਸਿਲਿਟੀਜ਼ ਹੈਗੀਆਂ, ਅਸੀਂ ਦੂਰਬੀਨ ਦੇ ਨਾਲ ਇਹਦਾ ਆਪਰੇਸ਼ਨ ਕਰਦੇ ਹਾਂ। ਦੂਰਬੀਨ ਦੇ ਨਾਲ ਆਪਰੇਸ਼ਨ ਕਰਨ ਤੋਂ ਬਾਅਦ ਇਹਦੇ ਵਿੱਚ ਇੱਕ ਫਾਇਦਾ ਹੈ ਕਿ ਵੀ ਇਹਦੇ ਵਿੱਚ ਕੋਈ ਬਹੁਤ ਆਪਾਂ ਨੂੰ ਚੀਰ ਫਾੜ ਨਹੀਂ ਕਰਨੀ ਪੈਂਦੀ। ਇਹਦੇ ਵਿੱਚ ਮੈਕਸੀਮਮ 3 ਜਾਂ 4 ਟਾਂਕੇ ਲੱਗਦੇ ਹਨ, ਅਤੇ ਰਿਕਵਰੀ ਟਾਈਮ ਰੀਹੈਬਿਲੀਟੇਸ਼ਨ ਇਹਦੇ ਵਿੱਚ ਬਹੁਤ ਅੱਛੀ ਹੈ। ਆਪਾਂ ਦੇਖੀਏ ਤਾਂ ਅਸੀਂ ਨੈਕਸਟ ਹੀ ਪੇਸ਼ੈਂਟ ਨੂੰ ਵਾਕਿੰਗ ਕਰਾ ਸਕਦੇ ਹਾਂ, ਗੋਡਾ ਪੂੜਾ ਮੋੜਨਾ ਸਟਾਰਟ ਕਰਾ ਸਕਦੇ ਹਾਂ, ਅਤੇ ਹਫ਼ਤੇ ਬਾਅਦ ਅਸੀਂ ਇਹਦੀ ਕੁਛ ਕੁ ਐਕਸਰਸਾਈਜ਼ ਹੈਗੀਆਂ, ਕੁਛ ਕੁ ਫਿਜ਼ੀਓਥੈਰੇਪੀ ਹੈਗੀਆਂ, ਸਾਡੇ ਕੋਲ ਫਿਜ਼ੀਓਥੈਰੇਪੀ ਡਿਪਾਰਟਮੈਂਟ ਵੀ ਹੈ, ਤਾਂ ਅਸੀਂ ਰੈਗੂਲਰਲੀ ਫਿਜ਼ੀਓਥੈਰੇਪੀ 1 ਮਹੀਨਾ ਸਟਾਰਟ ਕਰਦੇ ਹਾਂ। ਉਸ ਤੋਂ ਬਾਅਦ ਪੇਸ਼ੈਂਟ ਨੂੰ ਵਿਦ ਟਾਈਮ ਉਹ ਵਿਦਇਨ 3 ਮੰਥ ਅਪਰੋਕਸੀਮੇਟਲੀ 80-90% ਉਹ ਰਿਕਵਰੀ ਕਰ ਜਾਂਦਾ। ਬਾਕੀ ਇਹਦੇ ਨਾਲ ਕੋਈ ਸਪਾਈਨ ਇੰਜਰੀਜ਼ ਕਬੱਡੀ ਦੇ ਵਿੱਚ ਬਹੁਤ ਘੱਟ ਹੁੰਦੀਆਂ ਹਨ, ਪਰ ਜੇ ਕੋਈ ਇੱਕ ਦੁੱਖ ਪੇਸ਼ੈਂਟ ਆਉਂਦਾ ਹੈ ਤਾਂ ਸਾਡੇ ਕੋਲ ਪੂਰੀ ਟੀਮ ਹੈ ਨਿਊਰੋਸਰਜਨ ਦੀ, ਠੀਕ ਹੈ, ਤਾਂ ਅਸੀਂ ਪੂਰੀ ਟੀਮ ਐਜ਼ ਏ ਕੰਮ ਕਰਦੇ ਹਾਂ, ਅਤੇ ਉਹਦੇ ਵਿੱਚ ਰਿਕਵਰੀ ਨੂੰ ਵੀ ਉਹਦੇ ਵਿੱਚ ਵੀ 2-3 ਮਹੀਨੇ ਲੱਗ ਜਾਂਦੇ ਹਨ। ਡਾਕਟਰ ਸਾਹਿਬ, ਤੁਸੀਂ ਇਹ ਦੱਸੋ ਕਿ ਮਤਲਬ ਜਿਹੜੇ ਕਬੱਡੀ ਵਾਲੇ ਪਲੇਅਰ ਨੇ ਉਹ ਕਿੰਨਾ ਟਾਈਮ 'ਚ ਦੁਬਾਰਾ ਮਤਲਬ ਆਪਣੀ ਇੰਜਰੀ ਠੀਕ ਹੋ ਕੇ ਕਿੰਨੇ ਟਾਈਮ 'ਚ ਆਪਣੀ ਕਬੱਡੀ ਦੁਬਾਰਾ ਜੁਆਇਨ ਕਰ ਸਕਦੇ ਨੇ? ਟੋਟਲ ਜੇ ਆਪਾਂ ਕਹੀਏ ਫੁੱਲ ਰੀਹੈਬਿਲੀਟੇਸ਼ਨ ਨੂੰ, ਇਟ ਵਿਲ ਟੇਕ ਅਰਾਊਂਡ 6 ਮੰਥ। 6 ਮਹੀਨੇ ਪੇਸ਼ੈਂਟ ਨੂੰ ਲੱਗ ਹੀ ਜਾਂਦੇ ਆ, ਜੇ ਆਪਾਂ ਕਹੀਏ ਵੀ, ਕਿਉਂਕਿ ਉਹਨੇ ਦੁਬਾਰਾ ਹਾਈ એનર્ਜੀ ਗੇਮ ਕਰਨੀ ਹੈ, ਔਰ ਕੋਈ ਵੀ ਲੋਅ એનર્ਜੀ ਕੰਮ ਹੈਗਾ, ਕੋਈ ਵੀ ਆਪਣੇ ਕੋਲ ਜਿਵੇਂ ਸਾਈਕਲਿੰਗ ਹੈ, ਕੋਈ ਵੀ ਫਿਜ਼ੀਓਥੈਰੇਪੀ ਹੈ, ਕੋਈ ਵੀ ਐਕਸਰਸਾਈਜ਼, ਉਹ ਰੈਗੂਲਰਲੀ ਕਰਦਾ ਰਹੇ 6 ਮਹੀਨੇ, ਪੇਸ਼ੈਂਟ ਨੂੰ ਜਿਹੜੀ ਕੰਪਲੀਟਲੀ ਸਟਰੈਂਥ ਹੈ ਉਹ 6 ਮਹੀਨੇ ਪੂਰੀ ਲੱਗ ਜਾਂਦੇ ਹਨ। ਸਰ, ਜਿਸ ਤਰ੍ਹਾਂ ਕਬੱਡੀ ਦੇ ਦੌਰਾਨ ਸੱਟ ਪੇਟ ਲੱਗ ਜਾਂਦੀ ਹੈ, ਤਾਂ ਮਤਲਬ ਇੱਦਾਂ ਕੁਛ ਹੋ ਸਕਦਾ ਕਿ ਹਾਂ ਸੱਟ ਪੇਟ ਦੇ ਦੌਰਾਨ ਪ੍ਰੋਪਰ ਟ੍ਰੀਟਮੈਂਟ ਨਾ ਲਵੇ ਅਤੇ ਲਗਾਤਾਰ ਆਪਣੀ ਗੇਮ ਖੇਡਦਾ ਰਹੇ, ਕਿਆ ਫਿਰ ਜ਼ਿਆਦਾ ਮੇਜਰ ਪ੍ਰੋਬਲਮ ਹੋ ਜਾਂਦੀ ਹੈ, ਕਿ ਉਸਦੇ ਬਾਅਦ ਆਪਾਂ ਟ੍ਰੀਟਮੈਂਟ ਲੈ ਸਕਦੇ ਹਾਂ? ਇਹਦੇ ਵਿੱਚ ਮੈਡਮ ਪ੍ਰੋਬਲਮ ਇਹ ਆਉਂਦੀ, ਜੇ ਆਪਾਂ ਲਿਗਾਮੈਂਟ ਦਾ ਆਪਰੇਸ਼ਨ ਐਜ਼ ਸੂਨ ਐਜ਼ ਪੋਸੀਬਲ ਨਹੀਂ ਕਰਦੇ, ਤਾਂ ਇਹਦੇ ਵਿੱਚ ਕੀ ਹੁੰਦਾ, ਗੋਡੇ ਵਿੱਚ ਗਰੀਸ ਹੁੰਦੀ ਹੈਗੀ, ਉਹ ਘਟਣੀ ਸਟਾਰਟ ਹੋ ਜਾਂਦੀ ਹੈ, ਗੋਡੇ ਦਾ ਜਿਹੜਾ ਕਾਰਟਿਲੇਜ ਹੈ ਉਹ ਡੈਮੇਜ ਹੋਣਾ ਸਟਾਰਟ ਹੋ ਜਾਂਦਾ। ਇੱਕ ਆਪਾਂ ਕਹਿੰਦੇ ਹਾਂ ਵੀ 50 ਸਾਲ ਤੋਂ ਬਾਅਦ ਗੋਡੇ ਵਿੱਚ ਗਰੀਸ ਘੱਟ ਜਾਂਦੀ ਨੋਰਮਲੀ ਵਿਦ ਏਜ, ਬਟ ਜੇ ਲਿਗਾਮੈਂਟ ਟੁੱਟ ਜੇ ਤਾਂ ਉਹੀ ਜਿਹੜਾ ਹੈ ਗੋਡਾ ਤੁਹਾਡਾ 10-15 ਸਾਲ ਪਹਿਲਾਂ ਹੀ ਖਰਾਬ ਹੋਣਾ ਸਟਾਰਟ ਹੋ ਜਾਂਦਾ, ਤਾਂ ਉਹਦੇ ਵਿੱਚ ਪੇਸ਼ੈਂਟ ਜਿਹੜਾ ਹੈਗਾ ਉਹਦੀ ਰਿਕਵਰੀ ਅੱਛੀ ਨਹੀਂ ਰਹੇਗੀ ਜੇ ਆਪਾਂ ਉਹਦੇ ਵਿੱਚ ਜ਼ਿਆਦਾ ਡਿਲੇ ਕਰਦੇ ਹਾਂ। ਦੂਸਰਾ, ਜੇ ਇੱਕ ਵਾਰੀ ਕਾਰਟਲੇਜ ਡੈਮੇਜ ਹੋਏ ਤਾਂ ਆਪਾਂ ਨੂੰ ਦੁਬਾਰਾ ਰਿਕਵਰ ਨਹੀਂ ਕਰ ਸਕਦੇ, ਤਾਂ ਇਹੀ ਹੈ ਵੀ ਉਹਦੇ ਵਿੱਚ ਉਹ ਲੌਂਗ ਟਰਮ ਗੇਮ ਨਹੀਂ ਕਰ ਪਾਏਗਾ, ਰਿਕਵਰੀ ਅੱਛੀ ਨਹੀਂ ਹੋਏਗੀ, ਜਿਹੜਾ ਉਹਦੇ ਵਿੱਚ ਆਪਾਂ ਕਹਿੰਦੇ ਨੀ ਰਿਪਲੇਸਮੈਂਟ ਦੀ ਲੋੜ ਹੈਗੀ ਹੈ। ਜੇ ਆਪਾਂ ਨੂੰ ਨੋਰਮਲੀ ਪੇਸ਼ੈਂਟ ਨੂੰ 55-60 ਵਿੱਚ ਪੈ ਰਹੀ ਹੈਗੀ ਹੈ, ਤਾਂ ਇਹਨਾਂ ਨੂੰ ਅਰਾਊਂਡ 40-45 ਵਿੱਚ ਪੈ ਜਾਂਦੇ। ਕਿਉਂਕਿ ਕਈ ਪਲੇਅਰਸ ਇੱਦਾਂ ਦੇ ਹੁੰਦੇ ਨੇ ਜਿਹੜੇ ਕਹਿੰਦੇ ਅਸੀਂ ਯੰਗ ਆ, ਕੋਈ ਗੱਲ ਨਹੀਂ, ਨੋ ਪ੍ਰੋਬਲਮ, ਅਸੀਂ ਮੈਨੇਜ ਕਰ ਲਾਂਗੇ ਨਾ, ਫਿਰ ਬਾਅਦ 'ਚ ਜੋ ਜ਼ਿਆਦਾ ਮੇਜਰ ਪ੍ਰੋਬਲਮ ਹੁੰਦੀ ਹੈ ਫਿਰ ਪ੍ਰੋਬਲਮ ਹੁੰਦੀ ਹੈ, ਅਤੇ ਮਤਲਬ ਕੀ ਡਾਇਟ ਉਹਨਾਂ ਨੂੰ ਦੇਖਣੀ ਪੈਂਦੀ ਹੈ, ਕੀ ਡਾਇਟ ਖਾਣੀ ਹੁੰਦੀ ਹੈ? ਡਾਇਟ ਦਾ ਮੈਡਮ ਇਸ ਚੀਜ਼ ਦੇ ਵਿੱਚ ਕੋਈ ਜ਼ਿਆਦਾ ਆਪਾਂ ਕਹੀਏ ਤਾਂ ਉਹਦੇ ਵਿੱਚ ਕੋਈ ਜ਼ਿਆਦਾ ਉਹ ਸੋਲਿਊਸ਼ਨ ਨਹੀਂ ਹੁੰਦਾ।
ਇਹਦੇ ਵਿੱਚ ਮੇਨ ਹੁੰਦਾ ਐਸ ਸੂਨ ਐਜ਼ ਪੋਸੀਬਲ ਤੁਹਾਨੂੰ ਸਰਜਰੀ ਹੀ ਕਰਵਾਉਣੀ ਪੈਂਦੀ ਹੈ, ਠੀਕ ਹੈ। ਆਪਾਂ ਪਹਿਲੇ ਐੱਮ ਆਰ ਆਈ ਕਰਾਉਂਦੇ ਹਾਂ, ਫਿਰ ਦੇਖਦੇ ਹਾਂ ਵੀ ਇਹਦੇ ਵਿੱਚ ਇੰਜਰੀ ਕਿਸ ਤਰ੍ਹਾਂ ਦੀ ਹੈਗੀ ਹੈ। ਇਹਦੇ 4 ਗ੍ਰੇਡਸ ਹੁੰਦੇ ਆ, ਜੇ ਬਹੁਤ ਹੀ ਸੀਵੀਅਰ ਹੋਵੇ ਤਾਂ ਐਸ ਸੂਨ ਐਜ਼ ਪੋਸੀਬਲ ਆਪਾਂ ਜੇ ਸਰਜਰੀ ਕਰਵਾਉਂਦੇ ਹਾਂ ਤਾਂ ਆਪਾਂ ਨੂੰ ਰਿਜ਼ਲਟ ਕਾਫੀ ਅੱਛਾ ਮਿਲਦਾ। ਹਾਂਜੀ ਡਾਕਟਰ ਸਾਹਿਬ, ਕੀ ਕੀ ਟੀਮ ਹੈ ਆਪਣੇ ਕੋਲ? ਪ੍ਰੋਪਰ ਟੀਮ ਬਾਰੇ ਦੱਸ ਦਿਓ। ਪ੍ਰੋਪਰ ਟੀਮ ਇੱਥੇ ਸਾਡੇ ਐੱਮ ਡੀ ਹੈਗੇ ਨੇ, ਔਰਥੋਪੈਡਿਕ ਡਿਪਾਰਟਮੈਂਟ ਦੇ ਹੈੱਡ ਹੈਗੇ ਡਾਕਟਰ ਨਵਜੋਤ ਸਿੰਘ ਦਈਆ, ਮੈਂ ਡਾਕਟਰ ਲੋਕੇਸ਼ ਮਿੱਤਲ ਐੱਮ ਐੱਸ ਔਰਥੋ, ਇੱਕ ਡਾਕਟਰ ਲਵਪ੍ਰੀਤ ਹੈਗਾ ਸਾਡੇ ਕੋਲ, ਅਤੇ ਸਾਡੇ ਐਨਸਥੀਜ਼ੀਆ ਵਾਲੇ ਹੈਗੇ ਡਾਕਟਰ ਨਿਖਿਲ, ਅਤੇ ਫਿਜ਼ੀਓਥੈਰੇਪੀ ਮੈਡਮ ਹੈਗੇ ਡਾਕਟਰ ਅਰਚਨਾ। ਸਾਡੀ ਪੂਰੀ ਫੁੱਲ ਟੀਮ ਹੈਗੀ ਹੈ। ਜਦੋਂ ਸਾਡੇ ਕੋਲ ਪੇਸ਼ੈਂਟ ਆਉਂਦਾ ਤਾਂ ਅਸੀਂ ਐਜ਼ ਏ ਫੁੱਲ ਟੀਮ ਹੀ ਉਹਨੂੰ ਮੈਨੇਜ ਕਰਦੇ ਹਾਂ। ਬਾਕੀ ਸਾਡੇ ਕੋਲ ਮੈਡੀਕਲ ਅਫਸਰ ਹੈਗੇ ਆ, ਸਾਰਾ ਫੈਸਿਲਿਟੀਜ਼ ਹੈਗੀਆਂ। ਕੋਈ ਐਸੋਸੀਏਟਡ ਇੰਜਰੀ ਹੋਵੇ, ਕੋਈ ਪੇਸ਼ੈਂਟ ਨੂੰ ਕੋਈ ਮੈਡੀਸਿਨ ਦੀ ਪ੍ਰੋਬਲਮ ਹੋਵੇ, ਕਈਆਂ ਨੂੰ ਬੀ ਪੀ ਦੀ ਦਿੱਕਤ ਹੁੰਦੀ ਹੈ ਜਾਂ ਸ਼ੂਗਰ ਦੀ ਹੁੰਦੀ ਹੈ, ਤਾਂ ਉਸ ਲਈ ਸਾਡੇ ਕੋਲ ਡਾਕਟਰ ਭਾਟੀਆ ਹੈਗੇ, ਉਹ ਆਪਣੇ ਕੋਲ ਫੁੱਲ ਅਸੀਂ ਉਹਨਾਂ ਨੂੰ ਗਾਈਡ ਕਰਦੇ ਹਾਂ, ਮੋਨੀਟਰ ਕਰਦੇ ਹਾਂ ਪੇਸ਼ੈਂਟ ਨੂੰ, ਤਾਂ ਕਿ ਉਹਨਾਂ ਨੂੰ ਸਰਜਰੀ ਦੇ ਟਾਈਮ, ਸਰਜਰੀ ਤੋਂ ਬਾਅਦ ਜਾਂ ਉਸ ਤੋਂ ਮਹੀਨੇ ਬਾਅਦ ਕੋਈ ਕੰਪਲੀਕੇਸ਼ਨ ਨਾ ਹੋਵੇ। ਹਾਂਜੀ, ਅਕਸਰ ਕਿਹਾ ਜਾਂਦਾ ਕਿ ਜਦੋਂ ਮਰੀਜ਼ ਹੋਸਪਿਟਲ ਆਉਂਦਾ ਤਾਂ ਉਹ ਕਹਿੰਦਾ ਕਿ ਡਾਕਟਰ ਸਾਹਿਬ ਤੁਸੀਂ ਮੇਰੇ ਲਈ ਰੱਬ ਹੋ, ਰੱਬ ਦਾ ਰੁਤਬਾ ਦਿੱਤਾ ਗਿਆ ਡਾਕਟਰ ਨੂੰ ਧਰਤੀ ਦੇ ਉੱਪਰ, ਅਤੇ ਤੁਸੀਂ ਕੀ ਕਹਿਣਾ ਚਾਹੋਗੇ? ਇਹ ਬਿਲਕੁਲ ਸੱਚ ਹੈ ਕਿ ਜਾਂ ਸਿਰਫ ਪੇਸ਼ੈਂਟ ਦਾ ਇੱਕ ਦਿਖਾਵਾ ਹੁੰਦਾ ਹੈ ਕਿ ਨਹੀਂ ਕਿ ਮੈਂ ਪਰਮਾਤਮਾ ਨੂੰ ਨਹੀਂ ਛੱਡ ਕੇ ਰੱਬ ਨੂੰ ਮਤਲਬ ਡਾਕਟਰ ਨੂੰ ਪਰਮਾਤਮਾ ਮੰਨਦਾ? ਮੈਡਮ ਅੱਜ ਕੱਲ੍ਹ ਨਾ ਟ੍ਰੈਂਡ ਕਾਫੀ ਚੇਂਜ ਹੋ ਚੁੱਕਿਆ। ਪਹਿਲਾਂ ਸੀਗਾ ਵੀ ਲੋਕ ਰੱਬ ਮੰਨਦੇ ਸੀਗੇ, ਅੱਜ ਕੱਲ੍ਹ ਕਾਫੀ ਜ਼ਿਆਦਾ ਜਿਵੇਂ ਕਹੀਏ ਵੀ ਲੋਕ ਨਾ ਗੂਗਲ ਡਾਕਟਰ ਬਣ ਗਏ ਹੈਗੇ, ਠੀਕ ਹੈ। ਅੱਜ ਕੱਲ੍ਹ ਕੰਪੀਟੀਸ਼ਨ ਇੰਨਾ ਵੱਧ ਚੁੱਕਿਆ ਵੀ ਹਰੇਕ ਚਾਹੁੰਦਾ ਵੀ ਮੈਂ ਇਹਦੀ ਲੱਤ ਖਿੱਚ ਲਾਂ, ਮੈਂ ਇਹਦੀ ਲੱਤ ਖਿੱਚ ਲਾਂ। ਤਾਂ ਇਹਦੇ ਵਿੱਚ ਸਾਡੀ ਇੱਕ ਡਿਊਟੀ ਹੈ, ਸਾਡਾ ਇੱਕ ਫਰਜ਼ ਹੁੰਦਾ ਕਿ ਪੇਸ਼ੈਂਟ ਮਿਸਗਾਈਡ ਨਾ ਹੋਵੇ, ਪੇਸ਼ੈਂਟ ਨੂੰ ਚੰਗੇ ਤੋਂ ਚੰਗਾ ਅਤੇ ਉਹਦੇ ਅਕੋਰਡਿੰਗਲੀ ਅਫੋਰਡੇਬਲੀ ਉਹਨੂੰ ਇਲਾਜ ਮਿਲੇ। ਇਹ ਨਾ ਹੋਵੇ ਵੀ ਅੱਜ ਕੱਲ੍ਹ ਕੰਪੀਟੀਸ਼ਨ ਕਰਕੇ ਲੋਕ ਕਾਫੀ ਜ਼ਿਆਦਾ ਆਪਣੇ ਕੋਲ ਧੱਕਾ ਮੁੱਕੀ ਕਰ ਰਹੇ ਹੈਗੇ ਆ, ਇਹ ਕਰਨਾ ਇਹ ਕਰਨਾ। ਤਾਂ ਇਹਦੇ ਵਿੱਚ ਸਾਡੀ ਜਿਹੜਾ ਮੇਨ ਸਾਡੀ ਹੋਸਪਿਟਲ ਦਾ ਮੋਟਿਵ ਹੈਗਾ ਇਹੀ ਹੈ ਵੀ ਅਫੋਰਡੇਬਲ ਰੇਟ ਵਿੱਚ ਇਲਾਜ ਮਿਲੇ। ਅਸੀਂ ਇਸੇ ਕਰਕੇ ਨਾ ਸਾਡੇ ਕੋਲ ਸਾਰੀਆਂ ਫੈਸਿਲਿਟੀਜ਼ ਹੈਗੀਆਂ, ਰੇਲਵੇ, CGHS, BSF, ECHS, ਕੋਈ ਵੀ ਪ੍ਰਾਈਵੇਟ ਇੰਸ਼ੋਰੈਂਸ ਹੈਗੀ ਹੈ, ESI ਹੈਗੀ ਹੈ ਸਾਡੇ ਕੋਲ। ਸਾਡੇ ਕੋਲ ਕਾਫੀ ਲੇਬਰ ਜਨਤਾ ਆਉਂਦੀ ਹੈਗੀ ਹੈ, ਤਾਂ ਸਾਰਿਆਂ ਦਾ ਅਸੀਂ ਫ੍ਰੀ ਇਲਾਜ ਕਰ ਰਹੇ ਹੈਗੇ। ਆਯੁਸ਼ਮਾਨ ਸੀਗੀ, ਪਹਿਲਾਂ ਆਯੁਸ਼ਮਾਨ ਵਿੱਚ ਕਰ ਰਹੇ ਸੀ ਪਰ ਹੁਣ ਉਹ ਬੰਦ ਹੋ ਚੁੱਕੀ ਹੈ, ਤਾਂ ਆਯੁਸ਼ਮਾਨ ਦੇ ਵਿੱਚ ਹੁਣ ਦੇਖੋ ਸਰਕਾਰ ਕਦੋਂ ਸਟਾਰਟ ਕਰਦੀ ਹੈ। ਅਸੀਂ ਉਹਦੇ ਵਿੱਚ ਵੀ ਕਾਫੀ ਸੇਵਾਵਾਂ ਦਿੱਤੀਆਂ ਹਨ ਇੱਥੇ ਸਾਡੇ ਕੋਲ। ਕਾਰਡਿਕ ਵੱਲੋਂ ਕਾਫੀ ਜ਼ਿਆਦਾ ਅੱਛੇ ਕੇਸਿਸ ਆਯੁਸ਼ਮਾਨ ਦੇ ਵਿੱਚ ਹੋਏ, ਅਸੀਂ ਔਰਥੋ ਵਿੱਚੋਂ ਕੀਤੇ ਹੈਗੇ ਆ, ਹਿਪ ਰਿਪਲੇਸਮੈਂਟਸ ਅਸੀਂ ਆਯੁਸ਼ਮਾਨ ਵਿੱਚ ਕੀਤੀਆਂ। ਅਤੇ ਲੋਕਾਂ ਨੂੰ ਜਦੋਂ ਇਲਾਜ ਚੰਗਾ ਮਿਲਦਾ ਹੋਵੇ, ਉਹ ਵੀ ਬਿਨਾਂ ਪੈਸੇ ਦੇ ਕੇ, ਤਾਂ ਉਹਦੇ ਵਿੱਚ ਲੋਕ ਵੀ ਸੈਟਿਸਫਾਈ ਹੁੰਦੇ ਆ, ਠੀਕ ਹੈ। ਤਾਂ ਅਸੀਂ ਉਹ ਕੋਈ ਡਿਫਰੈਂਸ਼ੀਏਟ ਨਹੀਂ ਕਰਦੇ ਪੇਸ਼ੈਂਟ ਪ੍ਰਾਈਵੇਟ ਹੈ ਕੋਈ ਕਿਸੇ ਇੰਸ਼ੋਰੈਂਸ ਹੈ, ਟ੍ਰੀਟਮੈਂਟ ਅਸੀਂ ਸਾਰਿਆਂ ਨੂੰ ਬਰਾਬਰ ਹੀ ਦੇਣੀ ਹੈਗੀ। ਸੈਂਸ ਹੋਲਡਰ ਟਾਈਮਸ ਦਾ ਬਹੁਤ ਹੀ ਧੰਨਵਾਦੀ ਹਾਂ ਕਿਉਂ ਅੱਜ ਆਪਣੀ ਸੇਵਾਵਾਂ ਦੇਣ ਲਈ ਇੱਥੇ ਪਹੁੰਚੇ ਹਨ, ਅਤੇ ਅਸੀਂ ਚਾਹੁੰਦੇ ਹਾਂ ਵੀ ਇਹਨਾਂ ਦੇ ਚੈਨਲ ਦੇ ਥਰੂ ਲੋਕਾਂ ਨੂੰ ਅੱਛੀ ਸਿੱਖਿਆ, ਅੱਛੀ ਗਾਈਡੈਂਸ ਮਿਲਦੀ ਰਹੇ ਤਾਂ ਕਿ ਉਹਨਾਂ ਨੂੰ ਅੱਛਾ ਇਲਾਜ ਮਿਲਦਾ। ਸੋ ਬਿਲਕੁਲ ਸਹੀ ਗੱਲ ਹੈ, ਕਿਉਂਕਿ ਸਿਆਣੇ ਕਹਿੰਦੇ ਨੇ ਕਿ ਡਾਕਟਰ ਜਿਹੜੇ ਹੁੰਦੇ ਨੇ ਰੱਬ ਦਾ ਰੁਤਬਾ ਹੀ ਹੈ। ਸੋ ਬਿਲਕੁਲ ਰੱਬ ਹੀ ਮੰਨਿਆ ਜਾਂਦਾ, ਕਿਉਂਕਿ ਉਹਨਾਂ ਨੇ ਉਹਨਾਂ ਦੀ ਰੱਖਿਆ ਕਰਨੀ ਹੁੰਦੀ ਹੈ, ਪ੍ਰੋਪਰ ਟ੍ਰੀਟਮੈਂਟ ਦੇਣਾ ਹੁੰਦਾ, ਇੱਕ ਫਰੈਂਡਲੀ ਬਣ ਕੇ ਉਹਨਾਂ ਦਾ ਇਲਾਜ ਕਰਨਾ ਹੁੰਦਾ। ਸੋ ਸਪੈਸ਼ਲ ਥੈਂਕਸ ਕਰਾਂਗੇ ਲੋਕੇਸ਼ ਮਿੱਤਲ ਜੀ ਦਾ, ਜਿਨ੍ਹਾਂ ਨੇ ਸਾਨੂੰ ਇੰਨਾ ਟਾਈਮ ਦਿੱਤਾ। ਸੋ ਥੈਂਕ ਯੂ ਸੋ ਮਚ ਸੈਂਸ ਔਫ ਦ ਟਾਈਮ ਵਿੱਚ।